भाई एक मिनट देखो पीछे के ਸਾਰਿਆਂ ਤੋਂ ਪਹਿਲਾਂ ਫਤਿਹ ਅਰਜ਼ੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ। ਨਗਰ ਨਿਵਾਸੀ ਭੈਣੋ ਭਰਾਵੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਣੇ 'ਤੇ ਬੜਾ ਮਾੜਾ ਸਮਾਂ ਆ ਕੇ ਲੰਘਿਆ। ਉਮੀਦਾਂ ਆਪਣੀਆਂ ਬਹੁਤ ਜ਼ਿਆਦਾ ਸੀ, ਖੈਰ ਉਨੀਆਂ ਤਾਂ ਨਾ ਹੋ ਸਕਣ, ਪਰ ਜਿਹੜੇ ਤੁਹਾਡਾ ਭਰਾ सुपने उलीक के गया, आप कोशिश करांगे उन्होंने नेड़े तेड़े तो लगांगे। जे तो आप गल करिए घाटे की, घाटा तो बयान कर शब्दों के आप मान ही नहीं सकते भी आप कि पिछे चले गए, पर थोड़े ना वादा करना जिंदगी का जो कुछ भी बचे थोड़ा बहुत जिन्ना भी आप कट्ठा करके दोबारे कर आपकी पूरी वाह लाऊंगा कि थोड़े न जिमें सिद्धू चाहता सी जो कुछ वो मन के बलबले से जब मेरे ना सांझे करता सी, आप जे करांगे आप वो करांगे, आप इलेक्शन हारे भी पर हारन तो बाद भी वो हताश तो होया एक बार, उस तो बाद दुबई गया, दुबई शो शू ला के आया दोबारे, मैं मैनू समझाने लग गया कहिंदा तुसी दिमाग ते ना वजन पायो भी आपां इन्ना खर्च भी करता ते आपां हार भी गए, आपां इस तों बाद इलैक्शन नहीं लड़नी और आपां इलैक्शन लड़ना उहदे बराबर जरूर खड़ा करांगे, क्योंकि कुछ लोगों का वतीरा उन्हें नोट किया वह हले कागज वर्गा कोरा सी, क्योंकि प्लस टू तक पढ़ता रहा, उन्होंने समाज कून ताइया का भी पोलिटिक्स के चल रहा इन्ना उन्होंने ज्ञान नहीं सी, पर उन्हें इलेक्शन के जो कुछ देखा जोड़ा मौजूदा सिस्टम है उन्होंने शायद पूरा वधिया नहीं लगे, वह भी यार लोग यकीन नहीं करते जी गल मैं कहना उन्होंने मतलब असी थाइया निकी मोटी गली कूचिया से खड़े हाले तक, वह चाहता सी भी मेथों ये घट्टो घट जे मंगण तो कोई कैंसर हस्पताल मंगण या कोई कॉलेज मंगण यूनिवर्सिटी मंगण भी जितों मेरे परिवार से ला लो, मैं एक लेबर क्लास का बंदा नीचे 40 साल मेरी माँ ने स्ट्रगल की, 30-35 साल मेरी लाइफ से मैं पूरा एन भुलिया पर पैर पूरे नहीं आए जा, पर जे गुरबत चो कढ़िया तो एजुकेशन ने कढ़िया, असी दोनों भरा हौली हौली गवर्नमेंट जॉब च आ गए, असी अगे आप जी अगली पीढ़ी नूं कोई बीटेक कोई इलैक्ट्रिकल कोई सारे पंज जवाक आ साडे, अज पंज इंजीनियर सीगे चलो एक तां चला गया चार रह गए, नूहां पुत सारे इंजीनियर ने, यानी जे दशा परिवार की बदली तो एजुकेशन तो बदली, बाकी तो बंदा माड़ा खा के भी टाइम पास कर लेंदा, माड़ा हंडा के भी टाइम पास कर लेंदा, घट सहूलतों भी जिंदगी जूई जाती है, बंदा 100 AC भी जाता 100 फराटा पखा ला के भी जाता,
ਉਹ ਤਾਂ ਆਪਾਂ ਨੂੰ ਸਰੀਰ ਨੂੰ ਜਿੱਥੇ ਮਰਜ਼ੀ ਲਾ ਲਈ ਉੱਥੇ ਲੱਗ ਜਾਣਾ। ਪਰ ਉਹ ਇਹ ਮੈਸੇਜ ਉਹਨੇ ਇਲੈਕਸ਼ਨ ਦੌਰਾਨ ਨੇ ਖੂਬ ਦਿੱਤਾ ਸਾਰਿਆਂ ਨੂੰ। ਮੈਂ ਵੀ ਇਹਨੂੰ ਕਹਿੰਦਾ ਹੁੰਦਾ ਵੀ ਜਿਹੜੇ ਹਿਸਾਬ ਨਾਲ ਤੂੰ ਬੋਲੀ ਜਾਂਦਾ ਐਂ ਆਪਾਂ ਨੂੰ ਵੋਟ ਕੌਣ ਪਾਊਗਾ, ਤੂੰ ਤਾਂ ਕਾਂਗਰਸ ਦਾ ਉਮੀਦਵਾਰ ਹੈ, ਕਾਂਗਰਸ ਦੇ ਖਿਲਾਫ ਵੀ ਬੋਲ ਜਾਂਦਾ। ਯਾਨੀ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹਦਾ ਮਤਲਬ ਸੀ ਵੀ ਆਪਾਂ ਕੰਮ ਕਰਨਾ। ਅਤੇ ਹੋਇਆ ਦੇਖੋ ਆਪਣੇ ਨਜਾਇਜ਼ ਤੱਕ ਹੈ। ਮੈਂ ਉਹਦੇ ਭੋਗ 'ਤੇ ਵੀ ਬੇਨਤੀ ਕਰੀ ਸੀ, ਮੈਂ ਗੁਰੂ ਗ੍ਰੰਥ ਸਾਹਿਬ ਵੱਲ ਹੱਥ ਕਰਕੇ ਕਹੇ ਸੀ ਵੀ ਮੇਰੇ ਪਰਿਵਾਰ ਦਾ ਕਿਸੇ ਦੀ ਜਾਨ ਲੈਣ ਨਾਲ ਜਾਂ ਕਿਸੇ ਮਾੜੇ ਬੰਦੇ ਨਾਲ ਸੰਪਰਕ ਹੋਵੇ, ਮੈਂ ਕਹਿੰਦਾ ਸਾਨੂੰ ਨਰਕਾਂ ਦੇ ਵਿੱਚ ਧੋਈ ਨਾ। ਬਸ ਆਪਣਾ ਕਸੂਰ ਇੰਨਾ ਹੀ ਸੀ ਵੀ ਸਧਾਰਨ ਪਰਿਵਾਰ 'ਚ ਉੱਠ ਕੇ ਬੱਚੇ ਨੇ ਤਰੱਕੀ ਇੰਨੀ ਜ਼ਿਆਦਾ ਕਰ ਲਈ ਵੀ ਉਹ ਲੋਕਾਂ ਦੀਆਂ, ਲੋਕ ਨਹੀਂ ਕਹਿ ਸਕਦਾ ਮੈਂ ਵੀ, ਥੋੜ੍ਹੇ ਜਿਹੜੇ ਉਹ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਦੇ ਕੈਰੀਅਰ 'ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ। ਹੌਲੀ 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 ਹੁਣ ਜੇ ਤਾਂ ਆਪਣੇ 'ਚ ਕੋਈ ਨੁਕਸ ਹੁੰਦਾ ਆਪਾਂ ਪੁਲਿਸ ਲਈ ਜਵਾਬਦੇ ਹਾਂ, ਆਪਾਂ ਪ੍ਰਸ਼ਾਸਨ ਲਈ ਜਵਾਬਦੇ ਹਾਂ। ਕੋਈ ਬੰਦਾ ਜੇ ਕਿਤੇ ਗਲਤੀ ਲੱਗ ਜਾਵੇ ਮੇਰੇ ਖਿਲਾਫ ਕੰਪਲੇਂਟ ਹੋਵੇ, ਮੈਂ ਜਾ ਕੇ ਆਪਣਾ ਜਵਾਬ ਦੇਵਾਂ ਉੱਥੇ ਨਾ। ਹੁਣ ਜਿਹੜੀ ਪੈਰਲਲ ਸਰਕਾਰ ਗੈਂਗਸਟਰ ਚਲਾ ਰਹੇ ਨੇ, ਔਰ ਉਹਨਾਂ ਕੋਲ ਜਾ ਕੇ ਕੋਈ ਆਪਣੀਆਂ ਕੀ ਚੁਗਲੀਆਂ ਕਰੀ ਜਾਂਦਾ, ਉਹਨਾਂ ਕੋਲ ਪੱਖ ਕਿਹਦੇ ਕੋਲ ਰੱਖੀਏ? ਇਹ ਕਿਹੜਾ ਇੱਕ ਹੈ, ਇੱਕ ਕੋਲ ਜਾ ਕੇ ਗੋਡੇ ਰਗੜ ਲਾਂਗੇ ਫਿਰ ਦੂਜਾ ਬੰਦੂਕ ਲੈ ਕੇ ਆਜੂ, ਜੇ ਦੂਜੇ ਕੋਲ ਵਗ ਜਾਂਗੇ ਫਿਰ ਤੀਜਾ ਆਜੂ, ਕਿੰਨੇ ਗਰੁੱਪ ਹੈ, ਕੀ ਕੁਛ ਚੱਲੀ ਜਾਂਦਾ। ਇਹ ਭਰਾ ਮਾਰੂ ਜੰਗ ਹੈ ਭਰਾਵੋ। ਦੇਖੋ ਨਾ ਕੋਈ ਲੀਡਰ ਮਰੇ ਨਾ ਕੋਈ ਗੈਂਗਸਟਰ ਮਰੇ, ਮਰਦੇ ਕਿਹਦੇ ਆ? ਸਾਡੇ ਆਮ ਘਰਾਂ ਦੇ ਜਵਾਨ। ਅਸੀਂ ਅੱਜ ਹੁਣ ਕੱਲ੍ਹ ਨੂੰ ਕਹਿ ਦੂਗਾ ਕਿਸੇ ਨੂੰ ਮਾਰ ਕੇ ਕੋਈ, ਅਸੀਂ ਸਿੱਧੂ ਦਾ ਬਦਲਾ ਲੈ ਲਿਆ, ਫਿਰ ਕੱਲ੍ਹ ਨੂੰ ਉਹਨੂੰ ਅੱਜ ਮਿੱਡੂ ਖੇੜੇ ਦਾ ਬਦਲਾ ਲੈ ਲਿਆ, ਕੱਲ੍ਹ ਨੂੰ ਕਿਸੇ ਦਾ ਹੋਰ ਲੈ ਲੈਣਗੇ। ਭਾਈ ਤੁਸੀਂ ਆਸ 'ਚ ਬਦਲੇ ਕਿਉਂ ਨਹੀਂ ਲੈਂਦੇ, ਸਾਡੇ ਘਰ ਕਿਉਂ ਪੜਦੇ ਹੋ? ਹੁਣ ਮੈਂ ਤੁਹਾਨੂੰ ਕਿਵੇਂ ਚੀਰ ਕੇ ਦਿਖਾਵਾਂ, ਮੇਰੀ ਤਾਂ ਜਾੜੀ ਪੱਟਤੀ ਹੈ, ਮੇਰੇ ਕੋਲ ਬਚਿਆ ਕੀ ਹੈ? ਯਕੀਨ ਮੰਨਿਓ, ਮੈਂ ਆਪਦੀ ਜ਼ਿੰਦਗੀ ਲੇਬਰ ਕਰਕੇ ਸਟਾਰਟ ਕਰੀ ਹੈ। ਸਕੂਲ ਟਾਈਮ ਦੇ ਵਿੱਚ ਮੈਨੂੰ ਕਦੇ 125 ਰੁਪਈਆ ਫੀਸ ਨਹੀਂ ਮਿਲੀ। ਸ਼ੁੱਕਰਵਾਰ ਤੱਕ ਸਕੂਲ ਜਾਂਦਾ, ਸ਼ਨੀਵਾਰ ਐਤਵਾਰ ਨੂੰ ਫੈਕਟਰੀ 'ਚ ਬੱਠਲ ਢਾਉਂਦਾ। ਯਾਰ ਉਹ ਤਾਂ ਕਿਸੇ ਨੇ ਵੇਖਿਆ ਨਹੀਂ, ਅੱਜ ਸਿੱਧੂ ਦੀ ਚੜ੍ਹਾਈ ਵੇਖ ਲਈ, ਅੱਜ ਉਹਨੂੰ ਮਾਰਨ ਤੁਰ ਪਏ, ਔਰ 50-60 ਬੰਦੇ ਉਹਨੂੰ ਮਾਰਨ 'ਤੇ ਲੱਗੇ। ਸਾਡੇ ਗੱਲ ਚੇਤੇ ਵੀ, ਜੇ ਮੈਨੂੰ ਇੰਨਾ ਗਿਆਨ ਹੁੰਦਾ ਵੀ ਇਹਨੂੰ ਇੰਨੇ ਲੋਕ ਮਾਰਨ ਵਾਲੇ ਫਿਰਦੇ ਨੇ, ਮੈਂ ਕੀ ਵੋਟਾਂ 'ਚੋਂ ਲੈਣਾ ਸੀ? ਮੈਂ ਕੀ ਉਹਦੇ 'ਚੋਂ? ਵੋਟਾਂ ਦੇ ਵਿੱਚ ਵੀ ਆਪਣੇ 'ਤੇ 8 ਵਾਰ ਹਮਲਾ ਹੋਇਆ, 8 ਵਾਰ ਹੱਥ ਮਿਲਾ ਕੇ ਗੁਰ ਗਏ, ਪਰ ਸਿਕਿਉਰਿਟੀ ਨੇੜੇ ਹੋਣ ਕਰਕੇ ਉਹਨਾਂ ਨੇ ਜੀਆਰੀ ਪਿਆ ਵੀ ਅਤੇ ਫੈਰ ਕਰ ਲਿਆ। ਮੈਨੂੰ ਬੜਿੰਗ ਸਾਹਿਬ ਕਹਿੰਦੇ ਕਿਵੇਂ ਲੱਗਦਾ ਇਲੈਕਸ਼ਨ ਦਾ? ਮੈਂ ਕਿਹਾ ਮੈਨੂੰ ਜਿੱਤ ਤੋਂ ਨਹੀਂ, ਮੈਨੂੰ ਹਾਰ ਤੋਂ ਨਹੀਂ, ਮੈਨੂੰ ਐਂ ਲੱਗਦਾ ਜੇ ਮੇਰਾ ਜਵਾਕ ਘਰੇ ਆ ਜੇ ਤਾਂ ਚੰਗਾ। ਚਲੋ ਮਾਲਕ ਦੀ ਕਿਰਪਾ ਰਹੀ, ਆਪਾਂ ਪਤਾ ਲੱਗਦਾ ਰਿਹਾ, ਆਪਾਂ ਉਹ 'ਚ ਬਚ ਗਏ, ਪਰ ਉਹਨਾਂ ਨੇ ਮੇਰਾ ਖਿਹੜਾ ਫਿਰ ਵੀ ਨਹੀਂ ਛੱਡਿਆ। ਰਹਿੰਦੀ ਖੁੰਹਦੀ ਕਸਰ ਸਰਕਾਰ ਨੇ ਕਰਤੀ ਭਰਾਓ, ਸਿਕਿਉਰਿਟੀ ਵੀ ਵਾਪਸ ਲੈ ਲਈ, ਔਰ ਨਾਲ ਦੀ ਨਾਲ ਖਬਰ ਵੀ ਪ੍ਰਸਾਰਿਤ ਕਰਤੀ ਮੂਸੇ ਵਾਲੀ ਅਤੇ ਡੇਰਾ ਸਵਾਮੀ ਦੀ, ਸਿਕਿਉਰਿਟੀ ਵਾਪਸ ਲੈ ਲਈ, ਜਦਕਿ ਸਿਕਿਉਰਿਟੀ ਵਾਪਸ ਨਹੀਂ ਲਈ ਸੀ, ਸਿਕਿਉਰਿਟੀ ਘੱਟ ਕੀਤੀ। ਸਭ ਦੇ ਗਨਮੈਨ ਵਾਪਸ ਮੰਗਾਏ, 2-2 ਮੰਗਾ ਲਏ, ਜਿੱਥੇ 4 ਸੀ 2 ਮੰਗਾ ਲਏ, ਪਰ ਮੇਰੇ ਬਾਈ ਨੇ ਮੰਗਾ ਲਏ। ਉਹ ਆ ਜਿਹੜੇ ਮੁੰਡੇ ਖੜ੍ਹੇ ਆ ਇਹਨਾਂ 'ਤੇ ਭਰੋਸਾ ਕਰਦਾ ਸੀ, ਇਹਨਾਂ ਨੂੰ ਹੀ ਬਾਈ ਨੇ ਵਾਪਸ ਕਰਦਾ। ਕਿਸੇ ਦੀ ਸਿਕਿਉਰਿਟੀ ਬਾਈ ਨੇ ਵਾਪਸ ਨਹੀਂ ਹੋਈ, ਸਾਡੀ ਹੋਈ ਕਹਿੰਦੀ। ਇੱਕ ਮੁੰਡਾ ਨਵਾਂ ਆਇਆ ਸੀ, ਇੱਕ ਬਿਮਾਰ ਸੀ, ਮੈਂ ਗੱਡੀ ਪਿੱਛੇ ਲਾਉਂਦਾ ਸੀ, ਬਦਕਿਸਮਤੀ ਨਾਲ ਮੇਰੀ ਗੱਡੀ ਦਾ ਮਗਰਲਾ ਟਾਇਰ ਪੈਂਚਰ ਹੋ ਗਿਆ। ਮੈਂ 5-4 ਮਿੰਟ ਅੱਗੇ, ਮੈਨੂੰ ਕਹਿੰਦਾ ਬਸ ਬਸ ਸਰ ਗਿਆ, ਇਹਨੂੰ ਅੰਦਰ ਲਾ ਦੇ ਬਾਪੂ, ਅੰਦਰ ਲਾ ਦੇ। ਮੈਂ ਅੰਦਰ ਲਾਉਣ ਲੱਗ ਗਿਆ, ਉਹਨੇ ਗੱਡੀ ਦਾ ਗੇਅਰ ਲਾਤਾ। 8 ਮਿੰਟਾਂ ਬਾਅਦ ਫੋਨ ਆ ਗਿਆ ਵੀ ਫਾਇਰਿੰਗ ਹੋ ਗਈ। ਸੋ ਇਹ ਤਾਂ ਦੁੱਖ ਦੀਆਂ ਗੱਲਾਂ ਭਰਾਵੋ, ਸਾਰਾ ਦਿਨ ਕਰੀ ਜਾਈਏ ਮੁੱਕਣੀਆਂ ਨਹੀਂ। ਜਿੰਨੀ ਯੋਗਾ ਹਾਂ, ਜਿੰਨੀ ਕੁ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੈ, ਤੁਹਾਡੀ ਸੇਵਾ 'ਚ ਰਹੂੰਗਾ। ਇਸ ਕੰਮ 'ਚੋਂ ਹਰਾਮ ਹੈ ਜੇਕਰ ਰੁਪਈਆ ਵੀ ਕਦੇ ਖਾਵਾਂ, ਕਿਉਂਕਿ ਮੈਂ ਦੇਣਾ ਕਿਹਨੂੰ ਹੈ? ਮੈਂ ਤਾਂ ਤੁਹਾਡੇ ਜੋਗੇ ਨਹੀਂ। ਬਸ ਇੱਕ ਇਹ ਹੈ ਕਿ ਮੈਂ ਘਰੇ ਬਹਿਣਾ, ਕੰਧਾਂ ਨੂੰ ਵੇਖ ਕੇ ਮੇਰਾ ਦਿਨ ਨਹੀਂ ਲੰਘਦੀ, ਮੇਰਾ ਰਾਤ ਨਹੀਂ ਲੰਘਦਾ। ਜਦੋਂ ਮੈਂ ਤੁਹਾਡੇ 'ਚ ਆ ਜਾਂਦਾ ਗੱਲੀ ਬਾਤੀ, ਮਾੜਾ ਦਿਨ ਲੰਘ ਜਾਂਦਾ, ਰਾਤ ਲੰਘ ਜਾਂਦੀ ਹੈ, ਦਿਨੇ ਗੇੜਾ ਗੂੜਾ ਦੇ ਕੇ ਥੱਕ ਜਾਂਦਾ, ਜਾ ਕੇ ਨੀਂਦ ਆ ਜਾਂਦੀ ਹੈ, ਨੀਂਦ ਆ ਜਾਂਦੀ ਹੈ, ਸੁਪਨੇ 'ਚ ਆ ਜਾਂਦਾ। ਔਖਾ ਬਹੁਤ ਹੈ, ਜ਼ਿੰਦਗੀ ਕਿਵੇਂ ਰੁਕੂਗੀ ਹਾਲੇ ਮੈਨੂੰ ਨਹੀਂ ਪਤਾ, ਪਰ ਕੋਸ਼ਿਸ਼ ਕਰ ਰਿਹਾ। ਮੈਨੂੰ ਆਪ ਵੱਲੋਂ ਲੋਕਾਂ ਵੱਲੋਂ ਮੈਂ ਵੀ ਤੁਹਾਡੇ 'ਚ ਵਿਚਰਾਂ, ਤੁਹਾਡੇ 'ਚ ਤੁਰਿਆ ਫਿਰਾਂ,
ਮੈਨੂੰ ਰਿਝੇਵਾਂ ਮਿਲ ਜੂਗਾ ਇੱਕ ਕਰਾਂਗੇ ਕੋਈ ਕੋਸ਼ਿਸ਼ ਕਰਾਂਗੇ ਕੋਈ ਚੰਗਾ ਕੰਮ ਹੀ ਹੋਵੇ ਉਹਦੀ ਆਤਮਾ ਨੂੰ ਵੀ ਸ਼ਾਂਤੀ ਮਿਲੇ ਮੈਨੂੰ ਕਹਿੰਦਾ ਹੋ ਕੁਛ ਭਾਵ ਗਲਤ ਕਹਿ ਗਿਆ ਹਾਂ ਮਾਫ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਇਹ ਸੜਕ ਜੋ ਕਿ ਸਾਡੇ ਪਿੰਡ ਦੇ ਵਿੱਚ ਲਿੰਕ ਰੋਡ ਪਾਸ ਕਰਾਇਆ ਸੀ ਸਿੱਧੂ ਸਾਹਿਬ ਨੇ ਸੁਭਦੀਪ ਜੀ ਨੇ 3 ਜਨਵਰੀ ਨੂੰ ਪਿਛਲੀ ਸਰਕਾਰ ਹੁੰਦਿਆਂ ਉਹਨਾਂ ਕੋਲ 10 ਕੁ ਦਿਨ ਪਾਵਰ ਆਈ ਸੀਗੀ ਅਤੇ ਹਲਕਾ ਇੰਚਾਰਜ ਹੁੰਦਿਆਂ ਉਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਪਿੰਡ ਵਾਲੀ ਸੜਕ ਇਹ ਪਾਸ ਕਰਵਾਈ ਸੀਗੀ ਤਾਂ ਕਰਕੇ ਇਹਨਾਂ ਦਾ ਹੀ ਉਦਘਾਟਨ ਕਰਨ ਦਾ ਸੀਗਾ ਅਸਲ ਦੇ ਵਿੱਚ ਹੱਕ ਬਣਦਾ ਸੀਗਾ ਅਤੇ ਅਸੀਂ ਸਾਡੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਅਸੀਂ ਇਹਨਾਂ ਨੂੰ ਬੁਲਾਇਆ ਅਤੇ ਅੱਜ ਉਹਨਾਂ ਤੋਂ ਇਹ ਉਦਘਾਟਨ ਕਰਵਾਇਆ ਜੀ ਕੀ ਲੱਗਦਾ ਸਿੱਧੂ ਦੀ ਸੋਚ 'ਤੇ ਪਹਿਰਾ ਦੇਣ ਲਈ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਜੀ ਜਿਸ ਤਰ੍ਹਾਂ ਸਿੱਧੂ ਦੀ ਸੋਚ ਸੀ ਹੁਣ ਤੁਸੀਂ ਆਪਾਂ ਇਹੀ ਹਿਸਾਬ ਲਾ ਲਈਏ ਵੀ 10 ਕੁ ਦਿਨਾਂ ਦੇ ਵਿੱਚ ਕਿੰਨੇ ਹੀ ਮਨੇ ਪ੍ਰੋਜੈਕਟ 'ਤੇ ਕਿੰਨੇ ਹੀ ਆਪਣਾ ਪੈਸਾ ਹਲਕੇ ਵਾਸਤੇ ਲਿਆ ਕੇ ਦਿੱਤਾ ਸੀ ਅਤੇ ਸਾਰੇ ਮਾਨਸਾ ਜ਼ਿਲ੍ਹਾ ਅਤੇ ਜਿਹੜੇ ਹੈਗਾ ਯੂਥ ਉਹਨਾਂ ਦੀ ਸੋਚ 'ਤੇ ਵਧੀਆ ਪਹਿਰਾ ਦੇਣਗੇ ਜੀ